आवाज उठी कितने कोई सुनवाई नहीं हो रही तुम मानते हो कि कल ये चोणा जड़िया ने निरपक्ष करा सकन की कहना चाहते हो कोई गल करन तो पहला सब तो पहला था मलकपुर वाले बाबा जी उरां कोल बाबा सुखिंदर सिंह जी उरां कोल गुरु साहब के चरणा च नतमस्तक हो वास्ते गुरु साहब दियां खुशियां लैण वास्ते इत्थे आए हैं। सालाना समागम इत्थे गुरु साहब की उस्त च मनाए जाते हैं। इस वारी गुरु तेग बहादुर साहब सच्चे पातशाह के 400 साल नूं समर्पित ये समागम मनाए जा रहे हैं। नगर कीर्तन भी निकलना जिथे गुरु साहब सारिआं दी हाज़री अपने चरणा कमलों च लवाउण सानू समत बख्शिश करन चंगा जीवन नेक जीवन की दात बख्शिश करन नाम बाणी दे नाल जोड़न जिथे मेरी ये अरदास है। और बड़े असी विभागी हाँ कि सानू गुरु साहब के चरणा च इतने महापुरखों को आने का मौका मिले। ਜਿਹੜੀ ਸਾਹਿਬ ਸਾਕਾ ਨਨਕਾਣਾ ਦੇ ਵੀ 100 ਸਾਲ ਹੋ ਗਏ ਨੇ SGPC ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਏ ਜਾ ਰਹੇ ਨੇ ਇਸ ਇਲਾਕੇ ਦੇ ਵਿੱਚ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ? ਦੇਖੋ ਬੜੀ ਚੰਗੀ ਗੱਲ ਹੈ ਜੀ ਕਿ ਜਿੰਨੇ ਵੀ ਗੁਰੂ ਸਾਹਿਬ ਨਾਲ ਸੰਬੰਧਿਤ ਕੋਈ ਪੁਰਬ ਹੈ ਜਾਂ ਕੋਈ ਇਹੋ ਜਿਹਾ ਸਮਾਂ ਜਿਹੜਾ ਪਿਛਲੇ ਸਮੇਂ 'ਚ ਗੁਰੂ ਸਾਹਿਬ ਦੇ ਵਾਸਤੇ ਸਮਰਪਿਤ ਕੋਈ ਦਿਨ ਹੈ, ਉਹ ਜਿੰਨੇ ਵੀ ਸਤਿਕਾਰ ਨਾਲ ਜਿੰਨੇ ਵੀ ਸ਼ਰਧਾ ਨਾਲ ਉਹਨਾਂ ਦੇ ਗੁਰਸਿੱਖਾਂ ਦੇ ਗੁਰੂ ਦੇ ਪੁਰਬ ਮਨਾਏ ਜਾਣ ਉਹ ਚੰਗੀ ਗੱਲ ਹੈ। ਮੌਕਾ ਮਿਲਦਾ ਇੱਕ ਪਰਮਾਤਮਾ ਨਾਲ ਜੁੜਨ ਦਾ, ਮੌਕਾ ਮਿਲਦਾ ਹੈ ਬਾਣੀ ਨਾਲ ਜੁੜਨ ਦਾ, ਇਸ ਲਈ ਬਾਣੀ ਅਤੇ ਬਾਣੇ ਦਾ ਸਤਿਕਾਰ ਸਦਾ ਹੀ ਚਾਹੀਦਾ। ਔਰ ਨਨਕਾਣਾ ਸਾਹਿਬ ਦੀ ਯਾਦ 'ਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸਤਿਕਾਰ ਨਾਲ ਬੜੀ ਸ਼ਰਧਾ ਨਾਲ ਇਹ ਪੁਰਬ ਮਨਾਇਆ ਜਾ ਰਿਹਾ, ਚੰਗੀ ਗੱਲ ਹੈ ਜੀ। ਇਸ ਚਾਹੀਦਾ ਵੀ ਹੈ 100 ਸਾਲ ਜਿਹੜਾ ਨੂੰ ਸਮਰਪਿਤ ਹੈ, ਗੁਰੂ ਕਿਰਪਾ ਕਰੇ ਵੱਧ ਤੋਂ ਵੱਧ ਸੰਗਤ ਆ ਕੇ ਉਹਦੇ 'ਚ ਆਪਦਾ ਹਿੱਸਾ ਪਾਵੇ ਔਰ ਸਮਝੇ ਕਿ ਪਿਛਲੇ ਸਮਿਆਂ 'ਚ ਕਿਵੇਂ ਕਿਵੇਂ ਇਹ ਕਿਹੜੇ ਕਿਹੜੇ ਇਹ ਜਿਹੇ ਵਾਕਿਆ ਹੋਏ ਸੀ ਜਿਨ੍ਹਾਂ 'ਚੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਕਹਾਂ ਸੁਚੇਤ ਰਹਿਣ ਦੀ ਵੀ ਲੋੜ। ਜਿਹੜੀ ਸਾਹਿਬ ਬੜੀ ਤਰਾਸਦੀ ਹੈ ਇਸ ਵੇਲੇ ਕਿਸਾਨਾਂ ਦੀ, ਸ਼੍ਰੋਮਣੀ ਅਕਾਲੀ ਦਲ ਨੇ ਇੱਕ ਜਾਗ ਲਾਈ, ਦੇਸ਼ ਪੱਧਰੀ ਅੰਦੋਲਨ ਬਣਿਆ, ਤੁਸੀਂ ਵਜ਼ੀਰੀ ਵੀ ਛੱਡੀ ਕੇਂਦਰ ਦੀ, ਭਾਈਵਾਲ ਵੀ ਛੱਡੀ, ਹੁਣ ਕੇਂਦਰੀ ਮੰਤਰੀ ਨੇ ਜੋ ਉਹਨਾਂ ਨੇ ਸੰਸਦ ਵਿੱਚ ਆਵਾਜ਼ ਜਿਹੜੀ ਗੂੰਜੀ ਹੈ, ਪਰ ਅਜੇ ਵੀ ਭਾਜਪਾ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ, ਪੈਰ ਪਿੱਛੇ ਨਹੀਂ ਪੁੱਟ ਰਹੀ, ਕੀ ਕਹਿਣਾ ਚਾਹੁੰਦੇ? ਦੇਖੋ ਅਹੰਕਾਰ ਹੈ ਜੀ, ਜਿਹੜੀ ਸਰਕਾਰਾਂ ਤਾਂ ਲੋਕਾਂ ਦੀ ਹੁੰਦੀ ਹੈ, ਲੋਕ ਚੁਣਦੇ ਹੈ ਜੀ, ਔਰ ਲੋਕਾਂ ਦੀ ਆਵਾਜ਼ ਲੋਕਾਂ ਦੇ ਦਰਦ ਨੂੰ ਜਿਹੜੀ ਸਰਕਾਰ ਸੁਣੂਗੀ ਉਹੀ ਸਰਕਾਰ ਘੋਣ ਦੇ ਲਾਇਕ ਹੁੰਦੀ, ਨਹੀਂ ਸੁਣੂਗੀ ਤਾਂ ਫਿਰ ਉਹਨੂੰ ਤਾਨਾਸ਼ਾਹੀ ਡਿਕਟੇਟਰਸ਼ਿਪ ਆਪਾਂ ਕਹਿ ਸਕਦੇ ਹਾਂ। ਔਰ ਤਾਨਾਸ਼ਾਹੀ ਡਿਕਟੇਟਰਸ਼ਿਪ ਰਾਜ ਜਿਹੇ ਜੇ ਰਾਜ ਲੰਮਾ ਸਮਾਂ ਨਹੀਂ ਚੱਲਦੇ, ਉਹ ਸਮਾਂ ਜ਼ਰੂਰ ਉਹਨਾਂ ਨੂੰ ਮਿਲ ਜਾਂਦਾ ਮਗਰ ਲੰਮੇ ਸਮੇਂ ਉਹ ਗੱਡੀ ਚੱਲਦੀ ਨਹੀਂ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿਸਾਨਾਂ ਵਾਸਤੇ ਪੈਰਾਸਾਈਟ ਵਰਗੇ ਲਫ਼ਜ਼ ਅੰਦੋਲਨ ਜੀਵੀ ਜਿਹਨੂੰ ਕਿਹਾ ਕਿ ਇਹ ਜੀ ਭਾਸ਼ਾ ਦਾ ਪ੍ਰਯੋਗ ਹੋਵੇ ਅਤੇ ਦੁੱਖ ਵੀ ਪਹੁੰਚਦਾ ਮਨ ਨੂੰ ਕਿ ਇਹ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, 100 ਤੋਂ ਵੱਧ ਕੀਮਤੀ ਜਾਨਾਂ ਚਲੀ ਗਈਆਂ ਨੇ ਇਸ ਅੰਦੋਲਨ 'ਚ, ਰੋਜ਼ ਖੁਦਕੁਸ਼ੀਆਂ ਦੀਆਂ, ਕਿਉਂਕਿ ਕਿਸਾਨੀ ਇੱਕ ਲਾਹੇਵੰਦ ਧੰਦਾ ਨਹੀਂ ਹੈ, ਔਰ ਖੁਦਕੁਸ਼ੀਆਂ ਦੀਆਂ ਖਬਰਾਂ ਲੰਮੇ ਸਮੇਂ ਤੋਂ ਸੁਣ ਰਹੇ ਹਾਂ। ਔਰ ਲੜਾਈ ਇੱਕੋ ਹੀ ਹੈ ਕਿ ਜਿਹੜਾ ਧੰਦਾ ਅੱਗੇ ਲਾਹੇਵੰਦ ਨਹੀਂ ਤਾਂ ਆਪਾਂ ਇਹੋ ਜਿਹੇ ਕਾਨੂੰਨ ਲਿਆਵਾਂਗੇ ਜਿਹਦੇ ਨਾਲ 2 ਕਾਰਪੋਰੇਟ ਘਰਾਣਿਆਂ ਨੂੰ ਇਕੱਲਾ ਫਾਇਦਾ ਪਹੁੰਚੇ, ਉਹ ਗੱਲ ਚੰਗੀ ਨਹੀਂ। ਪਤਾ ਨਹੀਂ ਕੀ ਗੱਲ ਹੈ ਕਿ ਭਾਜਪਾ ਹਲੇ ਵੀ ਆਪਣੀ ਅੜੀ 'ਤੇ ਅੜੀ ਹੈ, ਮਗਰ ਮੈਂ ਸਮਝਦਾ ਜਿੱਤ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਿਸਾਨਾਂ ਦੀ ਹੋਊਗੀ, ਕਿਉਂਕਿ ਸੱਚੇ ਪਾਤਸ਼ਾਹ ਨੇ ਆਪ ਹੱਲ ਵਾਇਆ, ਗੁਰੂ ਸਾਹਿਬ ਨੇ ਆਪ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਇਹ ਉਦੇਸ਼ ਦਿੱਤਾ। ਸੋ ਸਮਾਂ ਥੋੜ੍ਹਾ ਜ਼ਰੂਰ ਲੱਗ ਸਕਦਾ ਮਗਰ ਜ਼ਰੂਰ ਮੈਂ ਸਮਝਦਾ ਕਿ ਇਹ ਮਿਹਨਤ ਕਸ਼ ਕੀਰਤੀ ਕਿਸਾਨਾਂ ਦੀ ਜਿੱਤ ਜ਼ਰੂਰ ਹੋਊ। ਜਿੱਥੇ ਸਾਹਿਬ ਤੁਸੀਂ ਵੀ ਕਿਹਾ ਕਿ 100 ਜਿਹੜੀਆਂ ਨੇ ਕਿਸਾਨ ਕੁਰਬਾਨੀਆਂ ਦੇ ਚੁੱਕੇ, ਜੱਗ ਵੀ ਜਾਣਦਾ, ਪਰ ਕੇਂਦਰ ਦੇ ਮੰਤਰੀ ਨੇ ਕਿਹਾ ਵੀ ਸਾਡੇ ਕੋਲ ਸਿਰਫ 2 ਹੀ ਨੇ ਜਿਹੜੇ ਆਏ, 2 ਜਣਿਆਂ ਦੀ ਕੁਰਬਾਨੀ ਸ਼ਹੀਦੀ ਹੋਈ ਤਾਂ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦੇਣਾ। ਕੀ ਮੰਨਦੇ ਵੀ ਇੰਨੀ ਸਰਕਾਰ ਜਿਹੜੀ ਹੈ ਮਤਲਬ ਆਪਣੀ ਜਿੱਤ ਚੜ ਗਈ ਹੈ, ਉਹਨਾਂ ਨੂੰ ਅੰਕੜੇ ਵੀ ਨਹੀਂ ਦਿਖਾਈ ਦੇ ਰਹੇ? ਦੇਖੋ ਰੈਕਗਨਾਈਜ਼ ਨਹੀਂ ਕਰ ਰਹੇ ਤਾਂ ਗੱਲ ਬੜੀ ਸਿੱਧੀ ਹੈ। ਪ੍ਰਧਾਨ ਮੰਤਰੀ ਸਾਹਿਬ ਜਦੋਂ ਇੰਡੋਨੇਸ਼ੀਆ 'ਚ ਜਹਾਜ਼ ਡਿੱਗਿਆ ਉਹਦੇ ਬਾਰੇ ਜ਼ਿਕਰ ਕੀਤਾ, ਚਲੋ ਠੀਕ ਹੈ ਕਰਨਾ ਵੀ ਬਣਦਾ, ਮਗਰ ਤੁਹਾਡੇ ਆਪਣੇ ਦੇਸ਼ ਵਾਸੀਆਂ ਦਾ ਖੂਨ ਡੁੱਲਿਆ ਉਹਦੇ ਵਾਸਤੇ ਤੁਸੀਂ ਜ਼ਿਕਰ ਤੱਕ ਨਹੀਂ ਕਰਦੇ, ਅਫਸੋਸ ਤੱਕ ਨਹੀਂ ਜ਼ਾਹਰ ਕਰਦੇ। ਇਹਦੇ ਨਾਲ ਦੋਗਲਾਪਣ, ਦੋਗਲੀ ਰਾਜਨੀਤੀ, ਅਹੰਕਾਰ ਬੜਾ ਕੁਛ ਝਲਕਦਾ।
वो रैकगनाइज़ करन ना करन दुनिया के लोग कर रहे, वख वख प्रधानमंत्रियों ने, वख वख राष्ट्रपतियों ने, दुनिया के बैठे मैंबर पार्लियामेंट ने, यूएन ने, सारे ने इस पीसफुल एजिटेशन अंदोलन नू, किसानी दे नू रैकगनाइज़ किया। अपने करन ते चंगी गल है, नहीं करनगे तो उहदे नाल फर्क नहीं पैना, जो सच की लड़ाई वह जारी रहेगी और उहदे च जित भी होगी। लास्ट चोणों का जो नगर निगम चोणों ने, पंचायती चोणों ने, जलालाबाद की गल कर लो, पट्टी की गल लो, पंजाब दे विच थां थां ते धक्केशाही दी जिहड़ी ने तुसीं आवाज़ भी उठाई, कितने सुनवाई नहीं हो रही। अज आखिरी दिन की वोटरां नूं अपील करनी चाहुंदे हो ते की चेतावनी देना चाहुंदे हो जिहड़े विरोधी ने जिहड़े धक्केशाही हो रहे? सब तो पहलां तो एक गल बड़ी क्लीयर है जी कि 40-45% सीटां 'च तां चोण हो ही नहीं रही, उत्थे तां कागज़ ही उडा के कांग्रेसी चुन लिया उन्होंने। लोकतंत्र का ऑलरेडी घाण तां हो गया, जिहड़ी 55-60% सीटा च इलैक्शन हो भी रही ने वो ना बराबर ही है। और इलैक्शन कमीशन जगपाल संधु का जो रवैया रहा है, मेरा तो यह मानना उन्होंने तो कार्रवाई होनी चाहिए लोकतंत्र के घाण वास्ते। उन्होंने तो फड़ के कोई परचा दवे जिहड़ा लोकतंत्र के हक च है कि इस बंदे नू देखो कागज़ दाखिल होने हैं जिथे, जे उत्थे लोग सुरक्षित नहीं तो बाहर की हालात होने। जिस दिन सरदार सुखबीर सिंह बादल होर होया टाइम लिया होया एस डी एम तो कागज़ दाखिल होने से उत्थी जे गुंडागर्दी हो रही है, गुंडा नाच चल रहा है, तो बाकी जगह का की कुछ हो रहा उन्हें तो अंदाजा आप ला लो। और ये हर जगह यही कुछ होया, भिखी मिंड भी ये होया, बटाले भी खबर आई ने, साढ़े मजीठे भी कोशिश की गई कि कागज़ उड़ाते जान, मगर इस हसा इस माहौल च इलैक्शन तो इन्ना खर्च भी करना, लोकतंत्र नूं बहाल भी नहीं रहन देना। मैं समझदा जिहड़े अफसर कताई कर रहे हैं उन्हां नूं भी जवाब देना पऊगा। मेरी तो लोगों अगे अपील है कि वह तगड़े रहन, डरन ना, और लोकतंत्र की बहाली वास्ते आपका योगदान पाउण। मुश्किल बड़ा क्योंकि जिन्ना वोटर ने, कोई दिहाड़ीदार है, कोई छोटा दुकानदार है, उन्हूं कदे एक्साइज वाला परेशान कर रहा, कदे टैक्स वाला परेशान कर रहा, कदे बिजली वाले का रेड हो रहा, कदे पुलिस उत्ते दबा रही है, थानेदार तो कई आप ही चोन प्रचार च उतरे कांग्रेस। सो इन हालात च कि इलैक्शन रह गई है ये वेखण की गल है। अज वोटर लिस्टा में बदल दी, गलोदी नगर साहब कह रहे कैंडीडेटा के भी इलाके अच्छ बदल दते, जो चोन लड़े दूजे उस संबंधी भी कोई काफ़ी धक्के। उस सवेरे तक बंदे बचे रह जाने, इन्नी बड़ी प्राप्ति है, तुम वोटर लिस्ट बदलन की गल कर रहे हो। अमृतसर दियां वोटां बटाले ना करते ने, यह जी स्पीड ना लगे है।